ਆਈ ਆਉਣ ਦੇ ਆਉਣ ਦੇ ਹੌਲੀ ਹੌਲੀ ਆਉਣ ਦੇ ਆਪੇ ਸਾਈਡ ਹੋਣਗੇ ਹਾਰਨ ਦੱਬ ਦੱਬ ਫਿਰ ਲੈ ਇੱਕ ਤਾਂ ਬੇਇੱਜ਼ਤੀ ਕਰਾਉਣੀ ਹਟ ਦੇ ਚੱਲ ਚੱਲ ਤੇ ਜਿਹੜੇ ਆਪਣੇ ਅਲਾਈ ਵੀਲ ਸੀਗੇ ਉਹ ਆਪਣੇ ਟੋਟਲੀ ਸੋਲਡ ਆਊਟ ਹੋ ਗਏ ਨੇ ਕਿਉਂਕਿ ਬਾਈ ਨੇ ਆਪਾਂ ਨੂੰ ਐਡਵਾਂਸ ਪੇਮੈਂਟ ਪੂਰੀ ਕਰਤੀ ਔਰ ਅਸੀਂ ਪਹੁੰਚੇ ਸਾਡੇ ਮੋਰੀ ਕਾ ਵਾਰ ਦਾ ਤਾਂ ਅਸੀਂ ਦੇਖੀ ਅਸੀਂ ਗਏ ਸਾਰਿਆਂ ਨੂੰ ਮੈਂ ਪ੍ਰਦੀਪ ਦੇਖ ਰਹੇ ਹੋ ਪ੍ਰਦੀਪ ਵਲੌਗ ਤੁਸੀਂ ਸੁਣਦੇ ਹੋ ਮੈਂ ਇੱਕ ਛੋਟਾ ਜਿਹਾ ਮੁੰਡਾ ਲਾਗੀ ਪਰੇ ਡੰਦਾ ਬੁਲਟ ਤੈਨੂੰ ਕਿਹਨੇ ਚਕਾਤਾ ਇਹ ਦੱਸ ਪਹਿਲਾਂ ਤੂੰ ਗੱਬੇ ਕਿਵੇਂ ਲਾਇਆ ਫੋਨ ਹੋਊਗਾ ਚੱਲਦਾ ਹੈ ਚੱਲਦਾ ਨਹੀਂ ਕਿੰਨਾ ਮਾਡਲ ਹੈ ਪਤਾ ਕੁਛ ਤੁਸੀਂ ਵੀ ਬਤਾਉਣਾ ਨਾ ਸੱਚ ਹੈ ਨਹੀਂ ਇਹਦੀ ਗੇਟ ਦੇ ਗੇੜਾ ਦੇ ਕੇ ਆਉਣਾ ਇਹਦਾ ਓਏ ਸੱਚ ਓਏ ਆਹ ਵਾਲੀ ਤਾਂ ਹੁੰਦੀ ਉਹ ਆ ਡੰਗਰਾ ਹੁੰਦੀ ਹੁੰਦੀ ਆ ਲਾਹੀ ਹੋਈ ਆ ਹੁੰਦੀ ਤਾਂ ਹੈ ਸਭ ਮੇਰਾ ਖੁਦ ਹੋਇਆ ਗੱਲ ਸਟਾਰਟ ਦਾ ਬੜਾ ਵਧੀਆ ਹੁੰਦਾ ਵੇ ਨਜ਼ਰ ਲੱਗ ਗਈ ਸੂਈ ਦਾ ਗੱਬੀ ਆ ਬ੍ਰੇਕ ਦੇ ਬਹੁਤ ਲਿਖਾ ਪੈਂਦਾ ਨਾ ਚਲਾੜੇ ਚਲਾੜੇ ਪਤਾ ਕੀ ਆ ਜਿਹੜੇ ਨਵੇਂ ਨਵੇਂ ਬੁਲਟ ਚਲਾ ਰਹੇ ਨੇ ਮੇਰੇ ਵਰਗੇ ਮਤਲਬ ਕਿ ਚਲਾਇਆ ਤਾਂ ਚਲਾ ਸਕਦੇ ਹੋ ਉਹਨਾਂ ਨੂੰ ਉਹੀ ਬੁਲਟ ਠੀਕ ਲੱਗੂ ਕਿਉਂਕਿ ਮੋਟਰਸਾਈਕਲ ਵਾਂਗੂ ਚੱਲਦਾ ਪੁਰਾਣੇ ਬੁਲਟ ਨੇ ਕੋਈ ਕੋਈ ਚਲਾ ਸਕਦਾ ਨਹੀਂ ਕੋਈ ਔਖਾ ਨਹੀਂ ਛੋਟੇ ਮੁੰਡੇ ਨੂੰ ਵੱਡੇ ਮੋਟਰ ਫੜਾ ਦੇ ਖੇਡਣ ਗਿਆ ਤੂੰ ਕਿਉਂ ਬਿਮਾਰ ਤੈਨੂੰ ਕੀ ਹੋਊਗਾ ਤੂੰ ਅੱਜ ਦਾ ਨੌਜਵਾਨ ਤੈਨੂੰ ਦੇਖੋ ਆਪਾਂ ਨਾ ਅੱਜ ਪਾਉਣ ਜਾਣਾ ਸੀ ਬੁਲਟ ਦੇ ਅਲਾਈ ਵੀਲ ਮਰਸਡੀਜ਼ ਵਾਲੇ ਤੇ ਜਿਹੜੇ ਆਪਣੇ ਬਾਈ ਨੇ ਖਰੀਦੇ ਨੇ ਆਪਾਂ ਤੋਂ 1000 ਰੁਪਏ ਪੇਮੈਂਟ ਕਰਤੀ ਪਹਿਲਾਂ ਵੀ ਮਤਲਬ ਕਿ ਵੀ ਖਰੀਦਣੇ ਨੇ ਤੇ ਹਾਲ ਤੱਕ ਮਤਲਬ ਕਿ ਪੇਮੈਂਟ ਅੱਜ ਤੱਕ ਤਾਂ ਕੀਤੀ ਨਹੀਂ ਅੱਜ ਕਰ ਰਹੇ ਨੇ ਅੱਜ ਮਰਸਡੀ ਵਾਲੇ ਪਵਾ ਲੈਣੇ ਸੀ ਤੇ ਹੁਣ ਆਪਾਂ ਨੂੰ ਸ਼ਾਇਦ ਕੱਲ੍ਹ ਤੇ ਮਾਰਨੀ ਪਊ ਗੱਲ ਕੱਲ੍ਹ ਜਾਂ ਕੱਲ੍ਹ ਹੀ ਮਾਰਾਂਗੇ ਗੱਲ ਤੇ ਹੋਰ ਕੀ ਕਰਨਾ ਸੀ ਮੈਂ ਤੇ ਨਾ ਕਮੈਂਟ ਵੱਧ ਆ ਰਹੇ ਨੇ ਜਿਵੇਂ 10% ਆ ਮਰਸਡੀ ਬਾਕੀ 90% ਆ ਰਹੇ ਨੇ ਵੀ ਐਸ ਵਾਲੇ ਲਾਇਆ ਪਵਾ ਹੁਣ ਕੀ ਕਰੀਏ ਮਰਸਡੀ ਵਾਲੇ ਮੈਂ ਤਾਂ ਪਵਾ ਰਿਹਾ ਮੈਂ ਬੁਲਟ ਲੈ ਕੇ ਆਇਆ ਫਿਰ ਦਿਖਾਉਣਾ ਤੁਹਾਨੂੰ ਵਧਾਈਆਂ ਹੋ ਰਿਹਾ ਦੇਖੀਏ ਤੇਰਾ ਬੁਲਟ ਤੇਰਾ ਸਪਲੈਂਡਰ ਆਹ ਲਓ ਜੀ ਬੁਲਟ ਅੱਜ ਆਪਾਂ ਲਿਸ਼ਕੋ ਲਿਸ਼ਕੀ ਕਰਤਾ ਧੋਤਾ ਆਹ ਲਿਆਂਦਾ ਕੰਗਰੈਚੁਲੇਸ਼ਨ ਬਾਈ ਪਾਰਟੀ ਜਿਹੜੀ ਉਦਣ ਨਹੀਂ ਉਹਦਾ ਪੁਰਾਣੀ ਸੀ ਹੁਣ ਤਕੜਾ ਮੋਡੀਫਾਈ ਕਰਨਾ ਹੋ ਜਾਂਦਾ ਉਹ ਰੂਟਸ ਲਾ ਦੀ ਨਿਓਨ ਲਾਈਟ ਲਾ ਗਈ ਵਾਲੇ ਵਾਲੇ ਤੇ ਐਸ ਵਾਲੇ ਲਾਏ ਪਾ ਦੀ ਜਾਂ ਐਸ ਵਾਲੇ ਆ ਜਾਣਗੇ ਐਸ ਵਾਲੇ ਆਹ ਘੈਂਟ ਲੱਗਦਾ ਪਿੱਛੋਂ ਹੁਣ ਉਹਦਾ ਕਿਆ ਆ ਪੂਛ ਵੀ ਬੜਾ ਦੀ ਬਰੇ ਨੰਬਰ ਪਲੇਟ ਵੀ ਨਹੀਂ ਛੋਟੀ ਕਰਾ ਇਹਨੂੰ ਚੱਜ ਮੋਟਰਸਾਈਕਲ ਧੋਦਾ ਤੁਸੀਂ ਦੇਖੋ ਸਿਰਾ ਲੱਗਦਾ ਕਿ ਨਹੀਂ ਵੈਸੇ ਲਾਈ ਵੀ ਯਾਰ ਇਹ ਮਾੜੇ ਨੀ ਹੈਗੇ ਹਨਾ ਵਾਧੂ ਹੀ ਵੇਚ ਰਿਹਾ ਬਸ ਇੱਕ ਉਹੀ ਜੀ ਕਰਦਾ ਸੀ ਮੇਰਾ ਜੇ ਮੈਂ ਬੁਲਟ ਖਰੀਦਿਆ ਹੀ ਮੈਂ ਮਰਸਡੀ ਵਾਲੇ ਪਵਾਉਣੇ ਸੀਗੇ
ਭੁੱਲ ਭੁਲੇਖੇ ਨਾ ਅਸੀਂ ਜਦੋਂ ਮੇਰਾ ਡੈਡੀ ਬੁੱਕ ਕਰਾਉਣ ਗਿਆ ਉਦੋਂ ਉਹਨਾਂ ਨੇ ਮਤਲਬ ਕਿ ਉਹੀ ਕਹਿ ਤਾ ਵੀ ਆਹ ਲੈਵਲ ਸੋਹਣੇ ਲੱਗਦੇ ਨੇ ਤਾਂ ਜਦੋਂ ਅਸੀਂ ਡਿਲੀਵਰੀ ਸੀ ਉਦੋਂ ਉਹਨਾਂ ਨੇ ਆਪਣੇ ਆਪ ਬਿਨਾਂ ਪੁੱਛੀ ਪਹਿਲਾਂ ਹੀ ਪਾ ਕੇ ਖੜਾ ਤੇ ਅਤੇ ਕਹਿੰਦੇ 8000 ਰੁਪਏ ਦਿਓ ਇਹਨਾਂ ਦਾ ਅਸੀਂ ਕਿਹਾ ਵੀ ਰਹਿਣ ਦੋ ਅਸੀਂ ਤਾਂ ਲਾਈਵ ਵੀਰ ਪਵਾਉਣੀ ਹੈ ਨਹੀਂ ਉਸ ਟਾਈਮ ਕਿਉਂਕਿ 8000 ਰੁਪਏ ਦੇਣ ਨੂੰ ਜੀ ਨਹੀਂ ਸੀ ਕਰਦਾ ਵੀ ਕਿਉਂਕਿ ਮਹਿੰਗੇ ਲੱਗੇ ਸਾਨੂੰ ਲਾਏ ਉਸ ਟਾਈਮ ਅਤੇ ਏਜੰਸੀ ਦੇ ਵਿੱਚ ਤੁਹਾਨੂੰ ਪਤਾ ਹੀ ਹੈ ਐਵੇਂ ਆਉਂਦੇ ਨੇ ਅਤੇ ਉਹਨਾਂ ਨੇ ਫਿਰ ਕਿਹਾ ਵੀ ਨਹੀਂ ਤੁਸੀਂ ਪਵਾ ਲਓ ਨਹੀਂ 500 ਰੁਪਏ ਕੱਢਣ ਦਾ ਵੀ ਲੇਬਰ ਲੱਗੂਗੀ ਅਤੇ ਫਿਰ ਸਾਨੂੰ ਵੀ ਇਹੀ ਸਾਨੂੰ ਸਹੀ ਵੀ ਲੱਗੇ ਵੈਸੇ ਘੈਂਟ ਲਾ ਦਿੱਤੀ ਸੋ ਤਾਂ ਕਰਕੇ ਅਸੀਂ ਰੱਖ ਲਏ ਸੀ ਲਾਏ ਵੀਲ ਪਰ ਮੇਰਾ ਪਹਿਲਾਂ ਹੀ ਸ਼ੌਂਕ ਸੀਗਾ ਵੀ ਮਰਸਡੀਜ਼ ਵਾਲੇ ਕਿਉਂਕਿ ਉਸ ਟਾਈਮ ਹੋਰ ਟ੍ਰੈਂਡਿੰਗ 'ਚ ਸੀਗੇ ਅਤੇ ਹੁਣ ਵੀ ਜਿੰਨੇ ਤੁਸੀਂ ਨਵੇਂ ਬੁਲਟ ਦੇਖੋਗੇ ਜਿਹੜੇ BSX ਨੇ ਉਹਨਾਂ ਨੇ ਮਰਸਡੀਜ਼ ਵਾਲੇ ਲਾਏ ਹੁੰਦੇ ਨੇ ਘੈਂਟ ਲੱਗਦੇ ਨੇ ਉਹ ਅਤੇ ਮਤਲਬ ਕਿ ਘੈਂਟ ਇਹ ਵੀ ਵੱਧ ਲੱਗਦੇ ਨੇ ਜਦੋਂ ਚੱਲਦੇ ਨੇ ਮਰਸਡੀਜ਼ ਵਾਲੇ ਚੱਲਦੇ ਉਹਨੇ ਖਾਸ ਨਹੀਂ ਲੱਗਦੇ ਉਹ ਖੜੀ ਵਜੇ ਲੱਗਦੇ ਨੇ ਅਤੇ ਖੜੇ ਵੀ ਚੱਜਦੇ ਨੇ ਵੈਸੇ ਅਤੇ ਚੱਲਦੇ ਵੀ ਅਤੇ ਹੁਣ ਜਿਹੜਾ ਮੇਰੀ ਸਲਾਹ ਵੀ ਉਹ ਮਰਸਡੀਜ਼ ਵਾਲੇ ਪਾਉਣ ਦੀ ਹੈ ਪਰ ਇਹਨਾਂ ਦਾ ਕਿਉਂ ਦੇ ਰਹੇ ਹੋ ਜੇ ਪੁਰਾਣੇ ਲੱਗਦੇ ਨੇ ਅਤੇ ਜਿਹੜੇ ਐਸ ਵਾਲੇ ਲਾਏ ਨੇ ਉਹ ਉਦੋਂ ਹੀ ਪੁਰਾਣੇ ਲੱਗਦੇ ਨੇ ਜਿਹੜੇ ਐਸ ਵਾਲੇ ਨੇ ਉਹ ਪੁੱਠੇ ਕਿਹਨਾਂ ਦੇ ਹੁੰਦੇ ਨੇ ਜ਼ਿਆਦਾਤਰ ਜਿਨ੍ਹਾਂ ਨੇ ਦੇਖੇ ਨੇ ਮੈਂ ਪਰ ਉਹ ਚੱਲਦੇ ਬਾਹਲੀ ਘੈਂਟ ਲੱਗਦੇ ਨੇ ਖੜੇ ਵੀ ਠੀਕ ਲੱਗਦੇ ਨੇ ਪਰ ਚੱਲਦੇ ਤਾਂ ਬਾਹਲੀ ਸਿਰੇ ਲੱਗਦੇ ਨੇ ਸੋ ਪਰ ਮੈਨੂੰ ਵੱਧ ਕਮੈਂਟ ਆ ਰਹੇ ਨੇ ਬਾਈ ਐਸ ਵਾਲੇ ਪਾਓ ਹੁਣ ਕੀ ਕਰੀਏ ਵੀਰੇ ਕੀ ਦੱਸ ਆਪਣੇ ਆਹ ਲਾਈਵ ਜਮੀ ਪਿਓਰ ਨੇ ਬਸ ਆਹ ਟ੍ਰੀਟ ਕਰਕੇ ਨਾ ਇਹ ਸਸਤੇ ਜਾ ਰਹੇ ਨੇ ਨਹੀਂ 6000 ਦੇ ਵੇਚਣੇ ਜਿੰਨਾ ਕਿਉਂਕਿ ਜੇ ਉਹ ਵੀ ਮੈਂ ਦੁਕਾਨ ਤੇ ਦਿੰਦਾ ਉਹ 5000 ਦੇ ਰੱਖ ਕੇ 6000 ਦੀ ਵੇਚਣਗੇ ਦੇਖ ਲਿਓ ਕਿਉਂਕਿ ਨਵੇਂ ਕਹਿਣਗੇ ਵੀ 8000 ਦੇ ਪੁਰਾਣੇ ਲੈਣੇ ਦਾ 6000 ਦੇ ਐਂ ਜਾਣਗੇ ਤੇ ਮੈਂ ਬੰਤਰੀਆ 6 ਵਧੀਆ ਨਹੀਂ ਚੱਲਦਾ ਲੱਗਦਾ ਇਹਨੂੰ ਦੇਖਦੇ ਸਾਰ ਫੀਲਿੰਗ ਆਉਂਦੀ ਹੈ BS4 ਵਾਲੀ ਚਲੋ ਦੇਖਦੇ ਹਾਂ ਬਾਕੀ ਜੇ ਕੋਈ ਪਸੰਦ ਆ ਗਏ ਐਸ ਵਾਲੇ ਪਸੰਦ ਆ ਗਏ ਤਾਂ ਐਸ ਵਾਲੇ ਕਿਉਂਕਿ ਐਸ ਵਾਲੇ ਮੈਂ ਦੇਖੇ ਨਹੀਂ ਯਾਰ BS6 ਤੇ ਕਿਸੇ ਦੇ ਲੱਗੇ ਹੋਏ ਬਾਕੀ ਕਮੈਂਟ ਕਰ ਸਭ ਕਿਹੜੇ ਪਵਾ ਦਈਏ ਉਹੀ ਪਵਾ ਦਾਂਗੇ ਫਿਰ ਜੇ ਜੀ ਦਾ ਵੱਧ ਰਿਸਪੋਂਸ ਆਇਆ ਜਾਂ ਫਿਰ ਉੱਥੇ ਕਿਹੜੇ ਮੈਨੂੰ ਵੱਧ ਪਸੰਦ ਆ ਗਏ ਅਤੇ ਇੱਕ ਰੀਲ ਬਣਾਉਣੀ ਆ ਯਾਰ ਰੀਲ ਅਤੇ ਅੱਜ ਹੈਗੀ ਆ ਹੋਲੀ ਹੈਪੀ ਹੋਲੀ ਸਾਰਿਆਂ ਨੂੰ 8 ਮਾਰਚ ਅੱਜ ਅਤੇ ਇਹ ਵੀਡੀਓ ਆ ਰਹੀ ਹੈ 9 ਮਾਰਚ ਨੂੰ ਅਤੇ ਯਾਰ ਮੈਂ ਨਾ ਸਲਾਂਸਰ ਲੌਂਗ ਬੋਟਲ ਹੀ ਪਾਉਣਾ ਖਾਸੇ ਲੋਕ ਕਹਿੰਦੇ ਨੇ ਵੀ ਇਹ ਵਧੀਆ ਨਹੀਂ ਹੈਗੀ ਇਹਦੀ ਆਵਾਜ਼ ਅਤੇ ਹੁਣ ਤਾਂ ਵੈਸੇ ਵਧੀਆ ਹੋ ਗਈ ਜਦੋਂ ਆਪਾਂ ਜੈਨ ਪਵਾਇਆ ਵੀ ਰੋਜ਼ ਨਹੀਂ ਤਾਂ ਹੁਣ ਤੁਹਾਨੂੰ ਬਦਲ ਕੇ ਹੀ ਮਿਲਦੇ ਹਾਂ ਲਾਈਕ ਕਰ ਲਾਈਕ ਕਿਆ ਲਾਈਕ ਕਰ ਦੋ ਐਂ ਵੀ ਕਰ ਯੈਸ ਆਏਗਾ ਮੰਤ ਕੀ ਆ ਤੇਰਾ ਚਾਚਾ ਦਾ ਮੁੰਡਾ ਇਹਨੂੰ ਇਹਨੂੰ ਕਹਿੰਦਾ ਤੇਰੀ ਮੰਮੀ ਸਾਜੇ ਕਹਿੰਦਾ ਝੂਠ ਬੋਲਦਾ ਕਹਿੰਦਾ ਮੈਂ ਝੂਠ ਬੋਲ ਕੇ ਕੀ ਲੈਣਾ ਝੂਠ ਬੋਲਦਾ ਉਹ ਖੜਾ ਆਪਣਾ ਬੜਾ ਨਸਰ ਲਾਦਾ ਖੜਾ ਹੋਇਆ ਹੋਵੇ ਆਹ ਵਾਲੇ ਲਾਈਵ ਵੀ ਸਰ ਨੇ ਯਾਰ ਵਿੱਚ ਹੁਣ ਜੀਵ ਨਹੀਂ ਕਰਦਾ ਕਿ ਦੋ ਹੀ ਰੱਖ ਲਈ ਕਦੇ ਕਦੇ ਪਾ ਲਿਆ ਕਰਾਂਗੇ ਚਲੋ ਜੀ ਪਨੀਰ ਆਪਾਂ ਨੂੰ ਮਿਲ ਗਿਆ ਇਹਦੇ ਤੋੜਾ ਟੁਕੜਾ ਮੈਂ ਖਾਣਾ ਯਾਰ ਫੜੀ ਮੈਂ ਕਰਦੇ ਖਾਈ ਕੱਢਾ ਕਿ ਪੱਥਰ ਨਾਲ ਘਰੇ ਆ ਕੇ ਨਹੀਂ ਖਾ ਸਕਦਾ ਸੀ ਦੇਖ ਲਓ ਫਾਇਦਾ ਕੀ ਹੋਇਆ ਮੈਨੂੰ ਤੇ ਉਹ ਕਰ ਤੈਨੂੰ ਚਲਾਉਣ ਦੇਣਾ ਫਿਰ ਮਸ਼ੀਨ ਤਾਂ ਫਿਰ ਵੀ ਪੈ ਹੋਗੀ ਚਲੋ ਕਿਵੇਂ ਆ ਹੋਲੀ ਬਣਾ ਹੋਲੀ ਵੰਡਾ ਆਪਣੇ ਤੂੰ ਅੱਜ ਆਇਆ ਉਹੀ ਮੇਰਾ ਗੱਲੋਂ ਗੇੜੀ ਤੇ ਅੱਖ ਤੇ ਅੱਖ ਦੇਖੋ ਇਹਦੇ ਵੀ ਅੱਖ ਝੁੰਡੀ ਪੈ ਦਿਖਾਈ ਅੱਖ ਲਾ ਲਓ ਭਈਆ ਸਾਨੂੰ ਕਹਿਣਾ ਹੁਣ ਅਸੀਂ ਨਾਲੇ ਤੇ ਬੈਠੇ ਤੂੰ ਆਪ ਆ ਕੇ ਇੱਥੇ ਹੀ ਬਹਿਣਾ ਨਾਲੇ ਆਹ ਦੇਖੋ ਇਹਦੇ ਲਾਈ ਵੀ ਨਹੀਂ ਆਪਾਂ ਤਾਂ ਮਰਸ ਤੂੰ ਦੱਸ ਮਰਸਡੀਜ਼ ਵਾਲੇ ਲਾਏ ਪਾਈਏ ਅਸੀਂ ਕਿ ਐਸ ਵਾਲੇ ਮਰਸਡੀਜ਼ ਵਾਲੇ ਪਵਾ ਲਓ ਵਧੀਆ ਲੱਗਦਾ ਠੀਕ ਆ ਦੋ ਵੋਟਾਂ ਮਰਸਡੀਜ਼ ਵਾਸਤੇ ਬਾਈ ਕਮੈਂਟ 'ਚ ਸਾਰੇ ਇਹੋ ਨੇ ਐਸ ਵਾਲੇ ਮਰਸਡੀਜ਼ ਤਾਂ ਕੋਈ ਹੈ ਹੀ ਨਹੀਂ ਯਾਰ ਐਸ ਵਾਲੇ ਸਾਡੇ 올ਡ ਮਾਡਲ ਜਿਹਾ ਲੱਗੂ ਨਾ ਪਰ ਹੁਣ ਚੱਲਦੇ ਬਹੁਤ ਘੈਂਟ ਲੱਗਦੇ ਐਸ ਵਾਲੇ ਆਹ ਵਾਲੇ ਆ ਕਲਾਸਿਕ ਤਾਂ ਨਹੀਂ ਜੱਜਦੇ ਬਾਈ ਦੇ ਵੀ ਠੀਕ ਆਉਂਦੇ ਠੀਕ ਆ ਠੀਕ ਆ ਇਹ ਹਾਰਲੇ ਜਿਹੇ ਲੁੱਕ ਆਉਂਦੀ ਨਾ ਇਹਦਾ ਆਹ ਦੇਖੋ ਇਹਦਾ ਲੈਗ ਗਾਰਡ ਵੀ ਲੱਗਿਆ ਹੋਇਆ ਜਿਹੜਾ ਕਿ ਲੱਤਾਂ ਦਾ ਬੁਲਟ ਦਾ ਬਚਾ ਲੈਂਦਾ ਟੈਂਕੀ ਟੂੰਕੀ
ਪਰ ਆਪਣੀ ਲੁੱਕ ਅੜਿਓ ਖਰਾਬ ਦਾ ਕਰ ਦਿੰਦਾ ਕਰਾ ਤੈਨੂੰ ਬਚਾ ਚੱਲ ਤੇਰੀ ਲੱਤ ਥੋੜੀ ਜ਼ਰੂਰੀ ਹੈ ਤੇਰੀ ਲੱਤ ਥੋੜੀ ਜ਼ਰੂਰੀ ਹੈ ਆਪਣੀ ਲੁੱਕ ਵੱਧ ਦੇਣੀ ਜ਼ਰੂਰੀ ਹੈ ਹੋ ਗਿਆ ਗਈਆਂ ਨੇ ਬੱਕਰੀ ਜੀ ਬਣਾਈ ਬੈਠਾ ਤੈਨੂੰ ਆਹ ਦੇਖੋ ਆਪਣੇ ਵਾਲਾ ਬੋਲਟ ਉਰੋਂ ਤਾਂ ਨਹੀਂ ਬਦਲਾਦਾ ਦੂਰੋਂ ਬਦਲਾ ਦੇਖੋ ਖਾਸਾ ਚੱਕਿਆ ਹੋਇਆ ਦੇਖੋ ਉਹਦਾ ਉਹ ਵਾਲਾ ਬੋਲਟ ਦੇਖੋ ਤੁਹਾਨੂੰ ਹੁਣ ਮੈਂ ਉਹ ਵਾਲਾ ਵੱਧ ਘੰਟ ਲੱਗ ਰਿਹਾ ਕਿਉਂਕਿ ਨੀਵਾਂ ਇਹ ਲਵੋ ਨਹੀਂ ਬਦਲਾ ਰਿਹਾ ਦੂਰੋਂ ਜੇ ਦੂਰੋਂ ਖੜਾ ਹੋਇਆ ਫਿਰ ਬਦਲਾ ਲਾ ਵੀ ਖਾਸਾ ਹੀ ਗੈਪ ਜਿਹਾ ਤੈਨੂੰ ਪਤਾ ਕੀ ਕਰਦੇ ਹਾਂ ਆਪਾਂ ਆਹ ਚੀਜ਼ਾਂ ਛੋਟੀਆਂ ਪਵਾਵਾਂਗੇ ਬਾਹਲੀਆਂ ਵੱਡੀਆਂ ਪਵਾਉਣੀਆਂ ਐਤਕੀ ਆਪਾਂ ਇੱਥੇ ਛੋਟੀਆਂ ਵੀ ਹੁੰਦੀਆਂ ਮੇਰੇ ਆੜੀ ਨੇ ਦੱਸਿਆ ਮੈਨੂੰ ਇਹ ਛੋਟੀਆਂ ਪਾਵਾਂਗੇ ਦੇਖੋ ਪਹਿਲਾਂ ਦੇਖੋ ਕਿਹੋ ਜਿਹੀਆਂ ਹੁੰਦੀਆਂ ਨੇ ਪਹਿਲਾਂ ਆਹ ਵਾਲੀਆਂ ਹੁੰਦੀਆਂ ਨੇ ਤੇ ਹੁਣ ਦੇਖੋ ਆਪਾਂ ਕਿਹੜੀਆਂ ਪਾਵਾਂਗੇ ਇਹਨਾਂ ਇਹਨਾਂ ਖਾਸਾ ਫਰਕ ਪੈ ਗਿਆ ਪਰ ਹੁਣ ਯਾਰ ਇਹ ਪਵਾ ਕੀ ਆਇਆ ਕਿਉਂਕਿ ਨਹੀਂ ਤਾਂ ਬਹੁਤ ਟਾਇਰ ਫਿਰ ਲੱਗਦਾ ਸੀ ਹੁਣ ਬਚ ਗਿਆ ਬਾਕੀ ਦੋਨੋਂ ਬੋਲ ਖੜੇ ਘੈਂਟ ਬੜੇ ਲੱਗਦੇ ਨੇ ਬੁਖਾਰ ਤੁਸੀਂ ਬੁਲਬਲਾ ਮਾਰਿਆ ਬੁਖਾਰ ਉੱਤਰ ਠੰਡਾ ਹੋ ਗਿਆ ਉੱਪਰ ਦਾ ਪੈਂਦਾ ਸੀ ਪਹਿਲਾਂ ਵਾਲੀਆਂ ਮਾਰਦਾ ਸੀਗਾ ਅਜੇ ਖਾਸ ਜਾਣੇ ਬੈਠੇ ਸੀ ਮੈਨੂੰ ਕਹਿੰਦੇ ਪਰੇ ਹੋ ਜਾ ਉੱਠ ਕੇ ਮੈਂ ਠੀਕ ਉੱਠਿਆ ਨੂੰ ਮੈਂ ਉੱਠਿਆ ਉੱਠਦੇ ਸਾਹ ਠੋਕ ਕੇ ਬੁਲਬਲਾ ਐਪੀ ਹੋਲੀ ਮਰਿਆ ਸੀ ਕਹਿ ਜਾਣਾ ਗੱਲਾਂ ਹੋ ਕੇ ਜਿਵੇਂ ਗਿੱਲਾ ਗਿੱਲਾ ਮਹਿਸੂਸ ਹੁੰਦਾ ਹੋਊ ਨਾ ਜੋ ਇੰਨਾ ਨੀ ਭੇਜਿਆ ਘੰਟੇ ਭੇਜਿਆ ਰੋਣ ਵਾਲੀ ਬਾਤ ਕਿਤੇ ਕਰ ਲਈ ਪਹਿਲੀ ਵਾਰ ਦੇਖੀ ਖੰਨੇ ਹੋ ਜਾ ਬਾਬਾ ਬਾਬਾ ਦੇਖੋ ਆਹ ਵਾਲਾ ਲੈਦਾ ਜੀ ਟ੍ਰੈਫਿਕ ਪਰੇ ਮੈਂ ਲਿਓ ਆਉਣ ਦੇ ਹੌਲੀ ਹੌਲੀ ਆਉਣ ਦੇ ਆਪੇ ਸਾਈਡ ਹਾਰਨ ਦੱਬੇ ਫੇਰ ਲੈ ਇੱਕ ਤਾਂ ਬੇਇੱਜ਼ਤੀ ਕਰਾਉਣੀ ਹਟ ਦੇ ਬਿਨਾ ਰੇਸ ਬਿਨਾ ਰੇਸ ਚੱਲ ਚੱਲ ਹਾਰਨ ਛੱਡ ਆਉਣ ਦੇ ਮੈਂ ਛੱਡ ਗਏ ਮੈਂ ਵੀ ਤੁਹਾਡੇ ਨਾਲ ਕਦੇ ਕਹਿੰਦਾ ਟ੍ਰੈਫਿਕ ਇੰਸਪੈਕਟਰ ਬਣਨਾ ਪੈਂਦਾ ਮੈਂ ਸਾਰੇ ਪਰੇ ਪੂਰੇ ਕੀਤੇ ਮੇਰਾ ਰੋਹਬ ਦੀ ਪੂਰੇ ਕੰਟੀ ਲੜ ਪਈ ਮੇਰੇ ਨਾਲ ਟੈਟੂ ਕਰਾਉਣ ਤੇ ਜਾਂਦੇ ਹੋਏ ਜੇ ਕੋਈ ਲਾਇਆ ਵੀ ਪਤਾ ਕਰਕੇ ਨਾ ਪਾਉਣੇ ਨੀ ਹੈਗੇ ਪਤਾ ਕਰਕੇ ਦੇਖਾਂਗੇ ਜੇ ਸਹੀ ਲੱਗੇ ਤਾਂ ਉਦੋਂ ਨੀ ਪਵਾਉਂਦੇ ਆਪਾਂ ਪਵਾਉਂਗੇ ਮਰੇਲ ਕੋਲ ਪਰ ਸਿਰਫ ਰੇਟ ਪਤਾ ਕਰਨਾ ਵੀ ਕਿੰਨਾ ਕੁ ਫਰਕ ਆ ਚੁੱਪ ਨੂੰ ਟੈਟੂ ਕਰਾਉਣਾ ਟੈਂਪਰੇਰੀ ਦੇਖਦੇ ਹਾਂ ਵੀ ਕੀ ਗੱਲਬਾਤ ਆ ਉਹੀ ਟੈਟੂ ਪਤਾ ਕੀਤਾ ਉਹ ਕਹਿੰਦੇ ਵੀ ਨਾ ਵੀ ਫਿਲਹਾਲ ਸਾਡੇ ਕੋਲ ਬੰਦਾ ਨੀ ਹੈਗਾ ਤਾਂ ਕਰਕੇ ਕੱਲ ਨੂੰ ਆ ਜਾਓ ਤੇ ਕੱਲ ਨੂੰ ਤੁਹਾਨੂੰ ਕਿਹਨੇ ਹੋਣਾ ਫਿਲਹਾਲ ਅਸੀਂ ਚੱਲਦੇ ਹਾਂ ਹੁਣ ਤਾਂ ਅਸੀਂ ਕਿੱਥੇ ਹੁਣ ਬਲੈਕੀ ਨੂੰ ਚੱਕਦੇ ਹਾਂ ਬਲੈਕੀ ਨੂੰ ਮਿਲਦੇ ਫਿਰ ਦੇਖਦੇ ਕਰਨਾ ਕਿਸੇ ਨੂੰ ਯਾਰ ਬਹਿ ਗਏ ਸੀਗਾ ਚਲੋ ਪੀਜ਼ਾ ਖਾ ਲੈਣਾ ਦੇਖੋ ਕਿੱਡਾ ਪੀਜ਼ਾ ਕਰਾਇਆ ਜੀ ਉਹ ਘੁਮਾਉਣਾ ਇੱਧਰ ਨੂੰ ਸਟੇਰਿੰਗ ਮਾਊਂਟ ਘੁਮਾਉਣਾ ਪੈਂਦਾ ਘੁੰਮ ਜਾ ਘੁੰਮ ਜਾ ਘੁੰਮ ਜਾ ਇਹ ਦੇਖੀ ਪਤਾ ਕਿੱਡਾ ਘਰ ਹੈ ਮੂਰੇ ਖਾ ਕੇ ਪਤਾ ਲੱਗੂ ਕਿਵੇਂ ਮੈਂ ਤਾਂ ਇਹ ਤੋਂ ਵੱਡਾ ਗਿਆ ਨਾ ਵੀ ਸਭ ਤੋਂ ਵੱਡਾ ਕਰਾਉਂਦੇ ਹਾਂ ਇਹ ਫਿਰ ਵੀ ਸਭ ਤੋਂ ਵੱਡਾ ਸਭ ਤੋਂ ਛੋਟਾ ਹੈ ਸਭ ਤੋਂ ਛੋਟਾ ਤੋਂ ਛੋਟਾ ਵੱਡਾ ਐਡਾ ਖਾਵਾਂਗੇ ਕਿਵੇਂ ਯਾਰ ਖਿੰਡ ਦਾ ਕੰਮ ਚਲੋ ਵੀ ਖਾ ਪੀ ਕੇ ਜੀ ਹੁਣ ਸਾਰਾ ਕਰਾਤਾ ਟੰਮੀ ਫੁੱਲ ਹੋ ਗਏ ਨੇ ਪੈਸੇ ਤਾਂ ਔਖੇ ਸੌਖੇ ਇੱਧਰ ਨੇ ਤੇ ਬਾਕੀ ਚਲੋ ਠੀਕ ਆ ਬਾਕੀ ਪੀਜ਼ਾ ਬੜਾ ਘੈਂਟ ਦੀ ਆ ਥੋੜੇ ਫੋਟੋ ਫੋਟੋ ਖਿੱਚ ਲਿਆ ਮੁੰਡਿਆਂ ਨੂੰ ਜਿਹੜੇ ਆਏ ਸੀਗੇ ਇਹਨਾਂ ਨੂੰ ਬੱਸ ਚਾੜਤਾ ਆਪਾਂ ਕਿਉਂਕਿ ਮੋਟਰਾਂ ਤੁਹਾਡੇ ਪਾਸ ਜਗ੍ਹਾ ਹੈ ਨਹੀਂ ਗੀ ਪਹਿਲਾਂ ਹੀ ਤਿੰਨ ਜਾਣੇ ਆ ਤੇ ਚਲੋ ਇਹਨਾਂ ਨੂੰ ਚਾੜ ਤੁਹਾਡਾ ਆਪਾਂ ਫਿਰਦੇ ਹਾਂ ਕਹਾਂ ਜੋ ਤੇ ਖੜਨਾ ਹੁਣ ਸੜੇ ਲਾਇਆ ਬਿੱਲ ਦਿਖਾਉਣਾ ਉਰੇ ਖਾ ਪੀ ਕੇ ਬਾਹਰ ਤੋਂ ਨਿਕਲਾ ਹੈ ਦੇਖੋ ਯਾਰ ਖੜੇ ਠੀਕ ਠੀਕ ਲੱਗਦੇ ਨੇ ਮਤਲਬ ਯਾਰ ਮੂੰਹ ਖਾਲੀ ਖਾਲੀ ਹੈ ਲੱਗਦਾ ਬਾਕੀ ਤੁਸੀਂ ਐਸ ਵਾਲੇ ਪੰਜਾਹ ਕੁ ਪਰਸੈਂਟ ਮੈਂ ਇੰਸਟਾਗ੍ਰਾਮ 'ਤੇ ਸਟੋਰੀ ਪਾਈ ਤੀ 55% ਇਹਨਾਂ ਨੇ ਐਸ ਵਾਲੇ ਦਾ ਕਿਹਾ ਬਾਕੀ 45 ਨੇ ਮਰਸਡੀਸ ਪਰ ਮੇਰਾ ਦਿਲ ਤਾਂ ਯਾਰ ਮਰਸਡੀਸ 'ਤੇ ਆ ਅਤੇ ਅਸੀਂ ਖੰਨੇ ਤੋਂ ਜਾਂਦੇ ਜਾਂਦੇ ਮੈਂ ਕਿਹਾ ਵੀ ਚਲੋ ਆਪਾਂ ਬੀਕੇ ਗ੍ਰਾਫਿਕਸ 'ਤੇ ਜਿੱਥੇ ਆਪਾਂ ਅੱਗੇ ਆਉਂਦੇ ਹੁੰਦੇ ਹਾਂ ਉੱਥੇ ਕੋਈ ਨਵੇਂ ਸਟੀਕਰ ਜਾਂ ਕੋਈ ਨਵੀਂ ਅਕਸੈਸਰੀ ਦੇਖ ਕੇ ਚੱਲਦਾ ਕਿਉਂਕਿ ਜਦੋਂ ਮੈਂ ਖੰਨੇ ਉਹਨੇ ਗੇੜਾ ਤਾਂ ਲੱਗ ਜਾਂਦਾ ਉਹਨਾਂ ਦੇਖੋ ਮੈਂ ਉਸ ਚੀਜ਼ਾਂ ਇੰਨੇ ਕੁ ਸਟੀਕਰ ਸਲੈਕਟ ਕਰ ਵੀ ਲਏ ਅਤੇ ਹੋਰ ਵੀ ਖਾਸ ਸਟੀਕਰ ਆਏ ਹੋਏ ਤੁਸੀਂ ਦੇਖ ਸਕਦੇ ਹੋ ਬਾਹਲੇ ਘੈਂਟ ਘੈਂਟ ਸਾਰੇ ਟ੍ਰੈਂਡਿੰਗ 'ਤੇ ਨਵੇਂ ਤੋਂ ਨਵੇਂ ਸਟੀਕਰ ਉਹਦੇ ਮੈਨੂੰ ਮਿਲ ਜਾਂਦੇ ਨੇ ਆਹ ਦੇਖੋ ਜਿਵੇਂ ਕਿ ਆਹ ਵਾਲੇ ਟ੍ਰੈਂਡਿੰਗ 'ਚ ਨੇ ਇੱਕ ਚੀਜ਼ ਮੈਨੂੰ ਆਹ ਬੜੀ ਪਸੰਦ ਆਈ ਜਿਵੇਂ ਜਿਹੜੀ ਇਹ ਨਵੀਂ ਨਵੀਂ ਚੀਜ਼ ਆਉਂਦੀ ਆ ਉਹ ਪਹਿਲਾਂ ਮਿਲ ਜਾਂਦੀ ਆ ਜਦ ਵੀ ਆਓ ਕੋਈ ਵੀ ਚੀਜ਼ ਮਿਲ ਜਾਂਦੀ ਹੁੰਦੀ ਆ ਮੈਂ ਇੱਕ ਹੋਰ ਚੀਜ਼ ਦੇਖ ਨਿਓਨ ਲਾਈਟ ਦਾ ਚੱਲ ਪੜੀ ਲੈਣੇ ਹੁੰਦੇ ਆ ਦੇਖੋ ਆਹ ਦੇਖੋ ਆਹ ਵਾਲੀ ਜਿਹੜੀ ਆਹ ਵਾਲੀ ਨਿਓਨ ਲਾਈਟ ਆ ਇਹ ਮਾਰਕੀਟ ਤੁਹਾਨੂੰ 500 ਰੁਪਏ ਦੀ ਜਾਂ ਫਿਰ 400-500 ਤੱਕ ਮਿਲਦੀ ਆ ਤੇ ਆਪਣੇ ਕਰਕੇ ਉਹ ਆਪਾਂ ਨੂੰ ਤੁਹਾਨੂੰ ਮਿਲੂਗੀ 350 ਰੁਪਏ ਦੀ
ਤੇ ਤੁਸੀਂ ਪਹਿਲਾਂ ਫੋਨ ਫੋਨ ਕਰਕੇ ਪਤਾ ਕਰ ਸਕਦੇ ਹੋ। ਤੇ ਇੱਕ ਹੋਰ ਚੀਜ਼ ਵੀ ਦਿਖਾਈ ਇਹਨਾਂ ਨੇ, ਪਰ ਮੈਨੂੰ ਆਹੀ ਦਿਖਾਇਓ ਆਹ। ਇਹ ਜੇ ਆਪਾਂ ਨੂੰ ਕਹਾ ਇਹਨਾਂ ਨੇ ਬਟਨ ਦਿੱਤਾ, ਇਹ ਆਪਾਂ ਲਾ ਸਕਦੇ ਹਾਂ ਵਾਧੂ ਤੋਂ, ਜਿਹਨੂੰ ਚਲਾਵਾਂਗੇ ਇਹਦੇ ਨਾਲ ਬਲਿੰਕ ਵੀ ਕਰਦੀ ਹੈ ਅਤੇ ਲਾਈਟ ਘੱਟ ਵੱਧ ਵੀ ਹੁੰਦੀ ਹੈ। ਚੀਜ਼ ਬੜੀ ਘੈਂਟ ਲੱਗੀ ਮੈਨੂੰ ਦੇਖੋ, ਆਹ ਦੇਖੋ ਨਾ ਇਹ ਬਲਿੰਕ ਕਰਦੀ ਹੈ ਇਹ। ਅਤੇ ਜਿਹੜਾ ਬਟਨ ਦੱਬਾਂਗੇ ਆਪਾਂ ਘਟਾਉਣ ਵਾਲਾ ਤਾਂ ਬ੍ਰਾਈਟਨੈਸ ਘੱਟ ਜੂਗੀ। ਬਲਿੰਕ ਬੰਦ ਕਰਿਓ, ਹੁਣ ਲਾਈਟ ਕਿੰਨੀ ਜ਼ਿਆਦਾ ਹੁਣ ਘਟੂਗੀ ਵੀ, ਵੱਧ ਗਈ ਦੇਖੋ। ਜਾਣੀ ਘਟਾਉਣੀ ਵਧਾਉਣੀ ਆ ਤਾਂ ਤੁਸੀਂ ਵਧਾ ਸਕਦੇ ਹੋ, ਘਟਾ ਵੀ ਸਕਦੇ ਹੋ ਇਹ ਬਟਨ, ਇਹਦੀ ਮਦਦ ਨਾਲ ਇਹ ਵੀ ਤੁਸੀਂ ਤੁਹਾਨੂੰ ਉਰੋ ਵੀ ਮਿਲ ਜੂਗਾ। ਅਤੇ ਚੁੱਪ ਨੂੰ ਚਾਹੀਦੀਆਂ ਨੇ ਨਿਊ ਲਾਈਟਾਂ, ਘਰੇ ਲਾਉਣੀਆਂ, ਇਹ ਮਰਜ਼ੀ ਆ ਜੇ ਤੂੰ ਘੱਟ ਵਧਾ ਕਰਨੀ ਆ ਜਾਂ ਬਲਿੰਕ ਕਰਨੀ ਆ। ਇਹ ਠੀਕ ਆ, ਨਾਲੇ ਘੱਟ ਵੱਧ ਨਾ ਲੈਣੀ ਪੂਤ ਲੱਗ ਤੋਂ ਉੱਨੀ ਕੁ। ਅਤੇ ਆਪਾਂ ਇੱਥੇ ਸਟੀਕਰ ਦੇਖ ਲਈ ਆ ਬਾਈ, ਆਪਾਂ ਨੂੰ ਮਿਲਣਾ ਆ, ਕਹਿੰਦੇ ਆਪਾਂ ਨੂੰ ਕਹਿੰਦੇ ਲਗਾਤਾਰ ਹੈ ਕੀ ਹੋ ਗਿਆ, ਦੇਖ ਤਾਂ ਸੀ ਇੱਧਰ, ਚੱਲ ਹੱਥਾਂ ਮਿਲਾ ਦੁਬਾਰੇ। ਅਤੇ ਵੈਸੇ ਤਾਂ ਬਾਈ ਨੂੰ ਅਸੀਂ ਮਿਲ ਗਏ, ਅਤੇ ਇੱਕ ਵਾਰ ਮੈਂ ਕਿਹਾ ਚੱਲ ਵੀਡੀਓ 'ਚ ਦਿਖਾਉਂਦਾ। ਵੈਸੇ ਕਹਿੰਦੇ ਰੋਜ਼ ਆ ਦੁਕਾਨ 'ਤੇ ਆਉਂਦੇ ਨੇ ਅਤੇ ਮੈਨੂੰ ਦੇਖਦੇ ਨੇ, ਅਤੇ ਬਹੁਤ ਬਹੁਤ ਵਧੀਆ ਲੱਗਿਆ ਬਾਈ, ਜਦੋਂ ਆਪਾਂ ਨੂੰ ਕੋਈ ਸਪੋਰਟ ਕਰਦਾ ਬਹੁਤ ਬਹੁਤ ਧੰਨਵਾਦ। ਹੋਰ ਸੁਣਾਓ ਠੀਕ ਠਾਕ? ਸਟੀਕਰ ਲਏ ਨੇ ਆਹ, ਮੈਂ ਕਿਹਾ ਚੱਲ ਮੇਰੇ ਦੂਜੇ ਸੈਕੰਡਰੀ ਫੋਨ ਤੇ ਕਰ ਦਾਂਗੇ ਆਪਾਂ ਇੱਕ ਆ ਰੰਗ ਬਰੰਗਾ ਛੱਲਾ ਸਪੈਸ਼ਲ ਬਣਾਇਆ ਬੀਕੇ ਗ੍ਰਾਫਿਕ। ਅੱਛਾ ਆਹ ਵਧੀਆ, ਆਹ ਦੇਖੋ ਉਹਦੇ ਲਿਖੀ ਹੋਈ ਆ ਕੀ ਲਿਖਿਆ ਕਾਜੀ ਸਿਕਸ ਯੂਟਿਊਬ ਦਾ ਯੂਟਿਊਬ ਬਾਈ ਦੇ ਯੂਟਿਊਬ ਚੈਨਲ ਨੂੰ ਵੀ ਆ ਕੇ ਦੇਖ ਲਿਓ, ਉੱਥੇ ਵੀ ਖਾਸੀਆਂ ਜਿਹੜੀ ਨਵੀਂ ਚੀਜ਼ ਆਉਂਦੀ ਆ ਉਹ ਦਿਖਾ ਦਿੰਦੇ ਨੇ। ਦੁਕਾਨ 'ਤੇ ਆ ਕੇ ਦੇਖ ਲਿਓ ਤੁਸੀਂ ਵੀਰੇ ਨੂੰ, ਇੱਥੇ ਦੁਕਾਨ 'ਤੇ ਤੁਹਾਨੂੰ ਮਿਲ ਜਾਣਗੇ, ਅਤੇ ਕੋਈ ਵੀ ਚੀਜ਼ ਪਤਾ ਕਰਨੀ ਹੋਈ ਤਾਂ ਨੰਬਰ 'ਤੇ ਫੋਨ ਕਰ ਲਿਓ, ਮੈਂ ਨੰਬਰ ਤੁਹਾਨੂੰ ਦਿਖਾਇਆ ਦਿੰਦਾ ਹੁਣ, ਇੱਕ ਵਾਰ ਫਿਰ ਤੋਂ ਦਿਖਾ ਦਿੰਦਾ। ਆਹ ਵਾਲਾ ਬੀ ਕੇ ਗ੍ਰਾਫਿਕਸ, ਅਤੇ ਕੋਈ ਵੀ ਚੀਜ਼ ਚਾਹੀਦੀ ਹੋਈ ਸੀਟੀ ਵਗੈਰਾ ਦੇਖੋ, ਬੁਲਟ ਵਾਲੀ ਸੀਟੀ ਸਭ ਕੁਝ ਮਿਲ ਜੂ ਤੁਹਾਨੂੰ, ਬੁਲਟ ਰਿਲੇਟਡ ਲਾਈਟਾਂ ਲੂਟਾਂ ਕਲਰ ਫੋਟੋ ਸਭ ਕੁਝ ਮਿਲ ਜੂ, ਮਿਲਦੇ ਹਾਂ। ਚਲੋ ਜੀ ਆਪਾਂ ਕਹਿੰਦੇ ਇੱਕ ਸਬਸਕ੍ਰਾਈਬਰ ਹੋ, ਠੀਕ ਠਾਕ ਵੀਰੇ ਕਾਇਮ ਹੋ? ਵੀਰੇ ਠੀਕ ਆ, ਕੁੜੀਆਂ 'ਚ ਮਾਰਿਆ ਸੀਗਾ ਮੋਟਰ ਵਾਲਾ। ਚਲੋ ਜੀ ਬੁਲਟ ਪੋਰੇ ਖੜਾਤਾ, ਅਤੇ ਹੁਣ ਅਸੀਂ ਸੋਚਦੇ ਹਾਂ ਵੀ ਇੱਕ ਪੱਗ ਖਰੀਦ ਕੇ ਚੱਲੀਏ, ਕਿਉਂਕਿ ਪੱਗ ਰੰਗ ਜੇ ਮੈਂ ਕਿਹਾ ਚੱਲ ਖੁਸ਼ ਇਕੱਠੇ ਕਰ ਲਈਏ, ਕਿਉਂਕਿ ਸਾਰੇ ਯਾਰ 6 ਮੀਟਰ ਦੀਆਂ ਜਾਂ 7 ਮੀਟਰ ਦੀਆਂ ਨੇ, ਆਪਾਂ 7.5-7.5 ਮੀਟਰ ਘੈਂਟ ਲਾ ਦਈਏ, ਸੋ ਇੱਕ ਜਦੀ ਦੇਖ ਕੇ ਪੱਗ ਖਰੀਦ ਕੇ ਫਿਰ ਚੱਲਦੇ ਹਾਂ। ਅਤੇ ਅਸੀਂ ਖਰੀਦ ਰਹੇ ਸੀਗੇ ਪੱਗ, ਅਤੇ ਇੱਕ ਆਪਾਂ ਨੂੰ ਹੋਰ ਬਾਈ ਮਿਲੇ, ਹੋਰ ਠੀਕ ਠਾਕ ਬਾਈ? ਅਤੇ ਅਸੀਂ ਬਾਈ ਫੋਟੋ ਖਿਚਾਉਣ ਆਏ ਸੀਗੇ, ਬਹੁਤ ਵਧੀਆ ਲੱਗਦਾ ਜਦੋਂ ਮਿਲਦੇ ਤੁਸੀਂ। ਹੋਰ ਸੁਣਾਓ ਠੀਕ ਠਾਕ? ਠੀਕ ਆ ਜੀ, ਓਕੇ। ਹੈਲੋ, ਜਾਣਾ ਜੀ ਟੀਵੀ ਹੁਣ? ਠੀਕ ਆ। ਲਓ ਜੀ ਪੱਗ ਪਾ ਵਾਲੇ ਕਲਰ ਤਾਂ ਖਰੀਦੀ ਆ, ਮੋਟਰਾਂ 'ਚ ਚੱਲਾਂਗੇ, ਹੁਣ ਤਾਂ ਭੀੜ ਘੱਟ ਗਈ। ਦੇਖੋ ਜੀ ਮੈਂ ਪੱਗਾਂ ਹਮੇਸ਼ਾ ਇੱਥੋਂ ਹੀ ਲੈਂਦਾ ਹੁੰਦਾ, ਦੀਦਾਰ ਸਿੰਘ ਸੁਰਜੀਤ ਸਿੰਘ ਵਾਲੇ ਦੇ, ਇੱਥੋਂ ਹਮੇਸ਼ਾ ਪੱਗ ਦਾ ਨਾਲੇ ਪੱਗ ਦੀ ਗਰੰਟੀ ਮਿਲਦੀ ਆ, ਜਾਣੀ ਟੌਪ ਦੀ ਪੱਗ ਮਿਲ ਜਾਂਦੀ ਆ ਮੈਨੂੰ। ਹਾਂਜੀ ਬਹੁਤ ਵਧੀਆ ਰੇਟ 'ਤੇ ਮਿਲਦੀ ਜੀ, ਓਕੇ ਜੀ ਫਿਰ ਥੈਂਕ ਯੂ। ਲਓ ਜੀ ਆਪਾਂ ਕੈਮਰਾ ਸਾਫ਼ ਕਰੋ, ਅਤੇ ਜਿਹੜੇ ਆਪਣੇ ਅਲਾਈ ਵੀਲ ਸੀਗੇ ਉਹ ਆਪਣੇ ਟੋਟਲੀ ਸੋਲਡ ਆਊਟ ਹੋ ਗਏ ਨੇ, ਕਿਉਂਕਿ ਬਾਈ ਨੇ ਆਪਾਂ ਨੂੰ ਐਡਵਾਂਸ ਪੇਮੈਂਟ ਪੂਰੀ ਕਰਤੀ, ਅਤੇ ਆਪਾਂ ਅਲਾਈ ਵੀਲ ਵੇਚੇ ਨੇ ਪੂਰੇ 5,000 ਦੇ, ਅਤੇ ਜਾਣੀ ਕਿ ਠੀਕ ਆ ਬਾਈ ਨੂੰ ਵੀ ਰੇਟ ਸਹੀ ਮਿਲ ਗਿਆ, ਅਤੇ ਚਲੋ ਮੈਂ ਵੀ ਹੁਣ 2,000-3,000 ਰੁਪਏ ਮੇਰਾ ਹੋਰ ਪਊ। ਹੈਂ ਹਾਂ ਇਹਨਾਂ ਦੀ ਮਾਨਸੇ ਪਾਪਾ ਇੰਨਾ ਕੋਰੀਅਰ ਕਰ ਰਹੇ ਨੇ, ਹੁਣ ਉਹ ਕਹਿੰਦੇ 50 ਰੁਪਏ ਕਿਲੋ ਦੇ ਹਿਸਾਬ ਨਾਲ ਜਾਣਗੇ ਇਹ, ਬਾਕੀ ਆਪਾਂ ਖਾਸੀਆਂ ਦੁਕਾਨਾਂ 'ਤੇ ਪਤਾ ਕਰ ਲਾਂਗੇ, ਫਿਰ ਕੱਲ੍ਹ ਪਰਸੋਂ ਅਲਾਈ ਵੀਲ ਪਵਾ ਲਾਂਗੇ। ਚਲੋ ਜੀ ਹੁਣ ਅਸੀਂ ਦੇਖਦੇ ਫਿਰਦੇ ਹਾਂ ਕੋਈ ਦੁਕਾਨ ਅਲਾਈ ਵੀਲ ਵਾਲੀ ਲੱਭ ਨਹੀਂ ਰਹੀ ਫਿਲਹਾਲ ਤਾਂ, ਅਤੇ ਭਾਈ ਉਰੇ ਪੁਲਿਸ ਵੀ ਖੜੀ ਹੋਈ 3 ਜਣੇ ਆ, ਪਤਾ ਨਹੀਂ ਕਿਵੇਂ ਲੰਘੇ। ਅਤੇ ਅਲਾਈ ਵੀਲ ਦੁਕਾਨ ਸ਼ਾਇਦ ਪਿੱਛੇ ਰਹਿ ਗਈ, ਸਾਨੂੰ ਤਾਂ ਲੱਗੇ ਤਾਂ ਲੱਭੀ ਨਹੀਂ, ਤਾਂ ਸਾਰੇ ਖਾਨੇ ਲੱਭ ਗਏ, ਅਤੇ ਬਾਕੀ ਇੱਥੇ ਚੁੱਪੂ ਗਿਆ ਅੰਦਰ ਰਾਣੀ ਹਸਪਤਾਲ ਦੇ ਵਿੱਚ ਕੋਈ ਦਵਾਈ ਲੈਣ, ਅਤੇ ਦੇਖਦੇ ਹਾਂ ਨਹੀਂ ਫਿਰ ਆਪਾਂ ਪੁਆਉਣ ਤਾਂ ਵੈਸੇ ਤਾਂ ਅਲਾਈ ਵੀਲ ਮਰੇਲਕੋਟ ਲੈਣੇ ਆਪਣੇ ਬੰਦਿਆਂ ਤੋਂ, ਬਾਕੀ ਰੇਟ ਪਤਾ ਕਰਨਾ ਸੀਗਾ ਵੀ ਕਿੰਨਾ ਕੁ ਫਰਕ ਆ। ਹੋਰ ਤਾਂ ਪੁੱਲ ਬਾਈ ਵਾਪਸੀ ਹੋ ਗਈ, ਰਿਹਾ ਕੀ ਗਿਆ, ਕੀ ਰਹਿ ਗਿਆ, ਕੁਛ ਨਹੀਂ ਰਿਹਾ, ਬਸ ਉਹੀ ਉਹ ਕਰਨੇ ਆ, ਇੱਕ ਸਪਰਿੰਗ ਰੋਲਸ ਖਾਣੇ ਆ, ਸਪਰਿੰਗ ਰੋਲਸ। ਔਰ ਅਸੀਂ ਪਹੁੰਚੇ ਸਾਡੇ ਮੋਹਰੀ ਕਾਰ ਦਾ, ਤਾਂ ਅਸੀਂ ਦੇਖੀ ਪਰਸੋਂ ਨੂੰ ਦਿਖਾਈ ਵੀਡੀਓ 'ਚ, ਇੱਕ ਇੱਥੇ ਜਵਾਕ ਜਿਹਾ ਭੱਜਿਆ ਜਾਂਦਾ, ਜਵਾਕ ਨਹੀਂ ਬੜਾ ਸਾਰਾ ਸੀਗਾ ਚੁੱਪੂ ਵਰਗਾ, ਉਹ ਪੁਲਿਸ ਫੜ ਕੇ ਪਰਸ ਫੜ ਕੇ ਕਿਸੇ ਦਾ ਭੱਜ ਗਿਆ, ਅਤੇ ਹੁਣ ਕਿਸੇ ਨੇ ਆ ਕੇ ਥੱਪੜ ਸੱਟੇ ਉਹਦੇ ਕੜਾ ਲੜਾਈ ਪੈ ਗਈ ਤਾਂ ਭੱਜ ਗਈ, ਅਤੇ ਚਲੋ ਫਿਰ ਹੁਣ ਉਹ ਪੁਲਿਸ 'ਚ ਚਲੇ ਗਏ, ਉਹਦਾ ਥਾਣੇ 'ਚ ਚਲੇ ਗਏ, ਲੈ ਕੇ ਆਉਣੇ ਆ ਉਹ ਹੋ ਗਏ ਯਾਰ, ਲਾਇਆ ਵੀਲ ਤਾਂ ਆਪਣੇ ਵੀ ਯਾਰ ਟੌਪ ਦੇ ਸਿਰ ਆਣੇ ਨਾ, ਉਹ ਇਹ ਵੀ ਯਾਰ ਉਹੀ ਬਸ ਸਬੱਬੇ ਬਣ ਗਿਆ ਆਪਣਾ ਚੇਂਜ ਕਰਨ ਦਾ, ਘੈਂਟ ਰਹੇ ਜੀ ਨਹੀਂ ਕਰਦਾ ਯਾਰ, ਦੇਖ ਦੇਣ ਨੂੰ ਪਤਾ ਨਹੀਂ ਕਿਵੇਂ ਜੀ ਕਰਦਾ, ਵੀ ਰੱਖ ਲਈਏ ਪਰ ਆਪਾਂ ਹੁਣ ਜੇ ਪੁਰਾਣੀ ਚੀਜ਼ ਆਊਗੀ ਤਾਂ ਹੀ ਨਵੀਂ ਆਊਗੀ, ਮਤਲਬ ਜਮੇ ਨਹੀਂ ਜੀ ਕਰਦਾ ਯਾਰ, ਜੀ ਕਰਦਾ ਵੀ ਇਹੀ ਰੱਖ ਲਈਏ, ਵਿੱਚ ਆਉਂਦਾ ਨਵੇਂ ਪਾ ਲਈ ਵੀ ਦੋਵੇਂ ਰੱਖ ਲਈਏ ਬਸ, ਨਾ ਉਹ ਤਾਂ ਬਣ ਰਹੇ ਨੇ, ਅਤੇ ਮਤਲਬ ਕਿ ਸੀਨ ਹੋ ਗਿਆ ਸੀਗਾ, ਸਾਡੇ ਮੂਹਰੇ ਮੂਹਰੇ ਥੱਪੜ ਪਏ ਵਿਚਾਰੇ ਜਵਾਕ, ਜਿਹੜੇ ਜਵਾਕ ਸਾਡੇ ਜੱਡਾ ਕੇ ਸੀਗਾ, ਸਾਡੇ ਬਾਰੇ ਬਾਹਲੇ ਥੱਪੜ ਪਏ ਉਹਦੇ, ਹੁਣ ਲੈ ਗਏ ਹੁਣ ਪੁਲਿਸ 'ਚ, ਕਿਉਂਕਿ ਚੋਰੀ ਕਰਕੇ ਭਾਦਾ ਸੀ ਯਾਰ, ਗਲਤ ਆ ਗੱਲ।
ਸਟicker ਤਾਂ ਮੰਤਰੀ ਨੇ ਮੰਗਾਇਆ ਸੀ ਆ ਵਾਲਾ ਆਪਾਂ ਨੂੰ ਇੱਕ ਆਪਣੇ ਆੜੀ ਨੇ ਮੰਗਾਇਆ ਸੀ ਆ ਦੇਖੋ ਫੋਨ ਤੇ ਕਿੰਨਾ ਜੱਜ ਗਿਆ ਓਏ ਹੋਏ ਅੱਛਾ ਭਾਈ ਵਧਾਈਆਂ ਨਵੇਂ ਫੋਨ ਦੀਆਂ ਥੈਂਕ ਯੂ ਬੈਟਰੀ ਨਹੀਂ ਮਿਲਿਆ ਪਰ ਫੋਨ ਦੇਖੋ ਭਾਈ ਲੁੱਕ ਜਮੀ ਚੇਂਜ ਹੋ ਗਈ ਇਦੋਂ ਸਰਾ ਦਾ ਫੋਨ ਨਹੀਂ ਤਾਂ ਜਮੀ ਬਹੁਤ ਗਿਆ ਬੈਟਰੀ ਨਹੀਂ ਕਿ ਲਾਉ ਜਿੰਨੀ ਕਿ ਲਾਉਂਦੇ ਉਹਨੇ ਤੇ ਕਾ ਲੈਂਦਾ ਆ ਲਾ ਲਈ ਫੋਨ ਤੇ ਓਏ ਰੜੜ ਇਹਨਾਂ ਨੂੰ ਪੜਾ ਨਾ ਦੇ ਗੋਲ ਕਰ ਦੇਣਗੇ ਭਈ ਬਸ ਫਿਰ ਅੱਜ ਦਾ ਆਪਣਾ ਕੰਮ ਪੂਰਾ ਹੋ ਗਿਆ ਤੇ ਅੱਜ ਦੇ ਵਲੌਗ ਨਹੀਂ ਕੱਲ ਦੇ ਵਲੌਗ ਤੁਸੀਂ ਸ਼ਾਇਦ ਮੇਰੇ ਨਾਲ ਲਾਏ ਆਖਰੀ ਵਾਰ ਦੇਖੋਗੇ ਕਿਉਂਕਿ ਉਹਦੇ ਪੂਰੇ ਸੋਲਡ ਹੋ ਗਏ ਨੇ ਪੇਮੈਂਟ ਵੀ ਆ ਗਈ ਆ ਤੇ ਮੈਂ ਗੱਲ ਵੀ ਕਰ ਲਈ ਤੇਰੇ ਕੋ ਤੇ ਬਾਈ ਨੂੰ ਪੂਰਾ ਪੁੱਛ ਲਿਆ ਵੀ ਫਿਰ ਬਾਅਦ 'ਚ ਕੋਈ ਚੱਕਰ ਤਾਂ ਨਹੀਂ ਤੇ ਉਹ ਕਹਿੰਦੇ ਵੀ ਮੈਂ ਤਾਂ ਉਹਨਾਂ ਨੂੰ ਕਿਹਾ ਸੀ ਵੀ ਅੱਧਰਾਜ 'ਚ ਆ ਸਕਦੇ ਹੋ ਤਾਂ ਆਪਾਂ ਤੁਹਾਨੂੰ ਅੱਧਰਾਜ ਫੜਾ ਦਿੰਦੇ ਹਾਂ ਲਾਈਵ ਵੀਲ ਪਰ ਉਹ ਕਹਿੰਦੇ ਵੀ ਸਾਡੇ ਕੋਈ ਹੈ ਨਹੀਂ ਤੇ ਫਿਰ ਆਪਾਂ ਨੂੰ ਉਹ ਕਹਿੰਦੇ ਕੁਰੀਅਰ ਹੀ ਕਰ ਦਿਓ ਉਹਨਾਂ ਨੇ ਐਡਰੈਸ ਭੇਜਤਾ ਆਪਾਂ ਕੁਰੀਅਰ ਕਰਾਂਗੇ ਸਾਰਾ ਕੁਝ ਦਿਖਾ ਕੇ ਬੁਲਾਓ 'ਚ ਵੀ ਦਿਖਾਵਾਂਗੇ ਵੀ ਲਾਏ ਆਪਣੇ ਵੱਲੋਂ ਕਿਵੇਂ ਗਏ ਨੇ ਸਾਰਾ ਕੁਝ ਜਿੰਨੇ ਤੱਕ ਮੇਰੇ ਤੱਕ ਲਾਏ ਹੋਣਗੇ ਉਹਨਾਂ ਤੱਕ ਆਪਾਂ ਵੀਡੀਓ ਬਣਾ ਲਾਂਗੇ ਉਦੋਂ ਬਾਅਦ 'ਚ ਕੰਪਨੀ ਵਾਲੇ ਦੇਖਣਗੇ ਉਦੋਂ ਬਾਅਦ ਉਹਨਾਂ ਕੋਲ ਪਹੁੰਚ ਜਾਣਗੇ ਆਪਾਂ ਉਹਦੀ ਵੀਡੀਓ ਬਣਵਾ ਲਾਂਗੇ ਉਹਨਾਂ ਤੋਂ ਪਹੁੰਚ ਗਏ ਤਾਂ ਤੁਹਾਨੂੰ ਦਿਖਾ ਦੇਣਗੇ ਵਲੌਗ ਦੇ ਵਿੱਚ ਤੇ ਅੱਜ ਦਾ ਵਲੌਗ ਪੂਰੀ ਖਤਮ ਕਰਦੇ ਹਾਂ ਜੇ ਵਲੌਗ ਵਧੀਆ ਲੱਗਿਆ ਤਾਂ ਲਾਈਕ ਸ਼ੇਅਰ ਸਬਸਕ੍ਰਾਈਬ ਕਰ ਦਿਓ ਤੇ ਮਿਲਦੇ ਹਾਂ ਨਵੇਂ ਵਲੌਗ 'ਚ ਆ ਹੈਗਾ ਟੌਪਿਕ ਸਤਿ ਸ਼੍ਰੀ ਅਕਾਲ ਆ ਜੀ